ਅਸਲਾਮ ਵਾਲੇਕਮ, ਕੀ ਹਾਲ ਸਾਰੇ ਭਾਈਆਂ ਦਾ? ਮੇਰੀ ਤਾਂ ਸਰ ਠੀਕ ਹੋਣਗੇ। ਵੈਲਕਮ ਹੋਗਾ ਮੇਰੇ ਔਰ ਵਲੋਗ ਦੇ ਵਿੱਚ। ਅਸੀਂ ਸਟਾਰਟ ਕਰਤੀ ਆ ਜੀ ਮੂੰਜੀ ਲਾਉਣੀ, ਅਤੇ ਅੱਲਾ ਖੈਰ ਕਰੇ ਲਾਭ ਜਿਹੜੀ ਹੈ ਪਨੀਰੀ ਤਿਆਰ ਹੋ ਗਈ ਹੈ। ਪਨੀਰੀ ਪੁੱਟ ਰਹੇ ਅੱਬੂ ਹੋਣੀ, ਚਾਚੂ ਹੋਣੀ, ਕਜ਼ਨ ਸਾਰੇ ਨਾਲ ਨੇ, ਅਤੇ ਮੈਂ ਵੀ ਨਾਲ ਹੀ ਹਾਂ। ਪਨੀਰੀ ਪੁੱਟ ਰਹੇ, ਅੱਲਾ ਖੈਰ ਕਰੇ ਆਪਣੀ ਲਾਭ ਤਿਆਰ ਹੋ ਗਈ ਹੈ। ਅਤੇ ਆਪਣਾ ਫੁੱਲ ਵਲੋਗ ਅੱਜ ਦਾ ਲਾਭ ਸਾਰੇ ਲਾਉਣ ਦਾ। ਅਤੇ ਆ ਜੀ ਲਾਭ ਪੁੱਟੀ ਜਾ ਰਹੀ ਹੈ, ਚੈੱਕ ਕਰੋ। ਲਾ ਪੁੱਟ ਪੁੱਟ ਚਾਚੂ ਹੁਣੀ ਅੱਬੂ ਹੁਣੀ ਢੇਰ ਲਾਈ ਜਾ ਰਹੇ ਆ, ਅੱਬੂ ਚਾਚੂ ਭਰਾ ਸਾਰੇ। ਅਤੇ ਆ ਚੈੱਕ ਕਰੋ ਜੀ, ਮੈਂ ਵੀ ਪੁੱਟ ਰਿਹਾ ਵਾਂ। ਅੱਬੂ ਹੁਣੀ ਆਉਂਦੇ ਆ ਜੀ, ਜੱਟਾਂ ਦੇ ਬਾਲ ਜੀ ਵਿਹਲੇ ਰਹੇ ਰਹਿੰਦੇ ਉਸ ਤਰ੍ਹਾਂ ਬਹੁਤ ਬੁਰੇ ਲੱਗਦੇ ਆ। ਮੈਨੂੰ ਵੀ ਲਾਭ ਪੁੱਟਣ ਲਾਇਆ ਹੋਇਆ, ਚੈੱਕ ਕਰੋ ਜੀ ਲਾਭ ਪੁੱਟਣ ਡੇ ਆ। ਅਤੇ ਪਾਣੀ 'ਚ ਬਹਿ ਕੇ ਬੜਾ ਇੱਛਾ ਸਾ ਰਹੀ ਹੈ ਲਾਭ ਪੁੱਟਣ ਦੀ। ਅਤੇ ਸਾਰੇ ਬਾਈ ਚੈਨਲ ਨੂੰ ਲਾਜ਼ਮੀ ਵੀਡੀਓ ਦੇਖ ਕੇ ਸਬਸਕ੍ਰਾਈਬ ਕਰ ਦਿਓ। ਆਪਣਾ ਡੇਰਾ ਜੀ, ਆਪਣੀ ਕੋਠੀ ਪਾਈ ਹੋਈ ਹੈ, ਅੱਲਾ ਖੈਰ ਕਰੇ। ਹੁਣ ਇਹਨੂੰ ਕੋਠੀ ਵੀ ਤਿਆਰ ਕਰਾਂਗੇ ਇਨਸ਼ਾਅੱਲਾ। ਛੋਟਾ ਭਾਈ ਆਪਣਾ ਜੀ ਕੱਦੂ ਮਾਰਨ ਡਿਆ ਹੈ, ਅਤੇ ਆ ਚੈੱਕ ਕਰੋ ਸਾਰੀ ਜ਼ਮੀਨ ਦੇ ਵਿੱਚ ਪਾਣੀ ਛੱਡ ਦਿੱਤਾ ਹੈ ਮੂੰਜੀ ਲਾਉਣ ਲਈ। ਅਤੇ ਛੋਟਾ ਭਾਈ ਕੱਦੂ ਮਾਰਨ ਡਿਆ ਹੈ, ਅਤੇ ਅੱਗੋਂ ਵੀਡੀਓ ਇੰਜੋਏ ਕਰੋ। ਪਾਣੀ ਛੱਡ ਕੇ ਜ਼ਮੀਨ 'ਚ ਕੱਦੂ ਕਰਨ ਤੋਂ ਬਾਅਦ ਲਾ ਪੁੱਟ ਕੇ ਬੰਦੇ ਲਾਤੇ, ਅਤੇ ਮੂੰਜੀ ਲਾਉਣ ਲਈ ਮੂੰਜੀ ਲਾ ਰਿਹਾ ਹੁਣ। ਅੱਲਾ ਖੈਰ ਕਰੇ ਸਾਰੇ ਬਾਈ ਚੈਨਲ ਨੂੰ ਸਬਸਕ੍ਰਾਈਬ।